ਹਾਂਜੀ ਭਾਜੀ, ਕੀ ਨਾਮ ਆਪਣਾ? ਅੱਜ ਮਜੀਠੀਆ ਸਾਹਿਬ ਵਾਲੇ ਗ੍ਰਹਿ ਵਿਖੇ ਆਏ, ਕੀ ਕਹਿਣਾ ਚਾਹੋਗੇ? ਮੈਂ ਵੀਰ ਜੀ ਗੌਰਵ ਚੋਪੜਾ, ਵਾਰਡ ਨੰਬਰ 28, ਤਿਲਕ ਨਗਰ। ਮਜੀਠੀਆ ਸਾਹਿਬ ਸਾਡੇ ਅੱਜ ਗ੍ਰਹਿ ਦੇ ਵਿੱਚ ਆਏ ਨੇ ਅਤੇ ਲੋਕਾਂ ਦਾ ਬੜਾ ਭਾਰੀ ਸਮਰਥਨ ਮਿਲਿਆ ਉਹਨਾਂ ਨੂੰ, ਸਾਡੇ ਕੋਲ ਬੈਠੇ ਨੇ। ਬੜੇ ਵਧੀਆ ਉਹਨਾਂ ਦੇ ਆਪਾਂ ਵਿਚਾਰ ਵਿਮਰਸ਼ ਕੀਤਾ ਇਲੈਕਸ਼ਨਾਂ ਦੇ ਵਿੱਚ, ਬਹੁਤ ਵਧੀਆ ਆਪਾਂ ਕੀਤਾ ਅਤੇ ਆਪਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਉਹਨਾਂ ਨੂੰ ਜਿਤਾਉਣਾ। ਦੇਖੋ ਭਾਅ ਜੀ, ਵਾਅਦੇ ਵੂਧਰੇ ਸਾਰੇ ਕਰ ਦਿੰਦੇ, ਝੂਠੇ ਆ। ਪਰ ਸਾਨੂੰ ਮਜੀਠੀਆ ਸਾਹਿਬ ਦਾ ਜਿਹੜਾ ਵਿਕਾਸ ਕਰਾਇਆ ਮਜੀਠੇ ਦੇ ਵਿੱਚ, ਇਹਨਾਂ ਨੇ ਓਕੇ ਰਿਪੋਰਟ ਕਰਾਤਾ ਉਹਦੇ ਵਿਕਾਸ, ਸਾਨੂੰ ਯਕੀਨ ਹੈ। ਕਾਂਗਰਸੀ ਨੀਤੀਆਂ ਲੋਕ ਤੰਗ ਆ ਗਏ ਹੋਏ ਆ, ਆਪਾਂ ਖੁਦ ਕਾਂਗਰਸ ਹੀ ਹੈ, ਕਾਂਗਰਸ ਛੱਡ ਕੇ ਮਜੀਠੀਆ ਸਾਹਿਬ ਨੂੰ ਤੁਰੇ ਹਾਂ। ਹਾਂਜੀ ਹਾਂਜੀ, ਪਰ ਪਿਆਰ ਕੀਤਾ ਲੋਕ, ਉਹਨਾਂ ਦੀ ਵੇਟ ਕਰਦੇ ਰਹੇ, ਘੰਟਾ ਦੋ ਘੰਟੇ ਬੈਠੇ ਰਹੇ ਆ, ਉਹ ਆਏ ਆ ਅਤੇ ਸਾਰੀ ਸੰਗਤ ਖੁਸ਼ ਹੋ ਗਈ ਹੈ, ਸਾਰਿਆਂ ਨੇ ਮਿਲ ਕੇ ਗਏ ਆ। ਸਾਨੂੰ ਆਸ਼ਵਾਸਨ ਦੇ ਕੇ ਹੈ ਕਿ ਤੁਹਾਡਾ ਇਲਾਕੇ ਦਾ ਸੁਧਾਰ ਹੋਏਗਾ ਪੂਰਾ, ਸੜਕਾਂ ਵਧੀਆ ਬਣਨਗੀਆਂ, ਪਾਣੀ ਦੀ ਸਮੱਸਿਆ ਵਧੀਆ ਹੋਏਗੀ, ਪਾਣੀ ਸਾਫ਼ ਸੁਥਰਾ ਮਿਲੇਗਾ ਅਤੇ ਹੋਰ ਹੈਲਥ ਦੀਆਂ ਫੈਸਿਲਿਟੀਆਂ ਸਾਰੀਆਂ ਮਿਲਣਗੀਆਂ। ਜਿੰਦਾਬਾਦ ਸਰਦਾਰ ਬਿਕਰਮ ਸਿੰਘ ਮਜੀਠੀਆ, ਜਿੰਦਾਬਾਦ ਸਰਦਾਰ।
ਯਾਰ ਅੱਗੇ ਅੱਗੇ ਦਿੱਕਤ ਹੋਈ ਜਾ।